ਜਦੋਂ ਖਬਰ ਤੁਹਾਡੇ ਤੱਕ ਪਹੁੰਚੀ ਪਹਿਲੀ ਗੱਲ ਦਿਲੋਂ ਦਿਮਾਗ ਚ ਆਉਂਦੀ ਕੀ ਹੈ? ਬਸ ਪਹਿਲਾਂ ਤਾਂ ਜੀ ਸੁਣਦੇ ਸਾਰੇ ਸਾਰਾ ਕੁਝ ਸੋਨੇ ਹੋ ਗਿਆ, ਸਾਰੀ ਰਾਤ ਨੀਂਦ ਨਹੀਂ ਆਈ ਕਿਉਂਕਿ ਸ਼ਾਮ ਨੂੰ ਭਾਣਾ ਮਾਰਦੇ ਆ। ਪੰਜਾਬ ਲਈ, ਮੇਰੇ ਇਕੱਲੇ ਲਈ ਨਹੀਂ, ਸਾਰੇ ਪੰਜਾਬੀਆਂ ਲਈ ਬਹੁਤ ਦੁਖਦਾਈ ਖਬਰ ਸੀ ਅਤੇ ਸਾਰਿਆਂ ਨੇ ਇਸ ਗੱਲ ਦਾ ਬੁਰਾ ਮਨਾਇਆ। ਐਡਾ ਵੱਡਾ ਭਾਣਾ ਵਰਤਾ ਦੇਣਾ, ਛੋਟੇ ਛੋਟੇ ਬੱਚੇ ਆ, ਸਾਰਾ ਪੰਜਾਬ ਸੋਗ ਦੀ ਲਹਿਰ ਮਨਾ ਰਿਹਾ ਅਤੇ ਬਹੁਤ ਮਾੜੀ ਗੱਲ ਹੈ। ਤੁਸੀਂ ਵੀ ਕਬੱਡੀ ਦਾ ਹਿੱਸਾ ਰਹੇ ਹੋ, ਕਦੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ, ਤੁਹਾਨੂੰ ਤਜਰਬਾ ਆਇਆ ਇਸ ਗੱਲ ਦਾ ਕਿ ਤੁਹਾਨੂੰ ਕਿਸੇ ਨੇ ਫੋਨ ਕਰਕੇ ਧਮਕਾਇਆ ਹੋਵੇ ਜਾਂ ਇਹ ਗੈਂਗਸਟਰ ਕਲਚਰ ਦੇ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਤੁਸੀਂ ਵੀ ਸ਼ਿਕਾਰ ਰਹੇ ਹੋ? ਨਹੀਂ ਨਹੀਂ, ਇਹ ਤਾਂ ਤਾਜ਼ੀਆਂ ਹੋਣ ਦੀਆਂ ਗੱਲਾਂ ਜੀ, ਪਹਿਲਾਂ ਕੋਈ ਇੱਦਾਂ ਦਾ ਗੱਲ ਨਹੀਂ ਸੀ। ਜੇ ਕੋਈ ਗਰਾਊਂਡ 'ਚ ਤੂੰ ਤੜਾ ਕੋਈ ਬਾਹਰ ਆ ਕੇ ਸਾਰੇ ਇਕੱਠੇ ਮਿਲ ਜਾਏ, ਹੁਣ ਦੇਖੋ ਸੰਦੀਪ ਸਾਡੇ ਮੋਹਰਲੀ ਟੀਮ 'ਚ ਖੇਡਦਾ ਜੀ ਬੈਨਕੋਵਰ ਵੱਲੋਂ। ਬਸ ਉਹਨਾਂ ਨੂੰ ਬੇਨਤੀ ਕਰਦੇ ਹਾਂ ਗੈਂਗਸਟਰ ਵੀਰਾਂ ਨੂੰ ਵੀ ਤੁਹਾਡੇ ਸਾਰੇ ਬਲੇਮ ਆ ਰਿਹਾ ਆ, ਤੁਹਾਡੀ ਆਪਣੀ ਗੈਂਗਵਾਰ ਦਾ ਇਹ ਹੈਗਾ ਸਿਸਟਮ, ਤੁਸੀਂ ਇਹ ਤਾਂ ਜੋ ਕੰਮ ਹੋਣਾ, ਡਿਸੀਜਨ ਮਿਲਣਾ ਜਾਂ ਨਹੀਂ ਮਿਲਣਾ ਉਹ ਅਲੱਗ ਮਿਲ ਰਿਹਾ। ਮੈਨੂੰ ਤਾਂ ਮੌਕਾ ਮਿਲਿਆ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ, ਹੋ ਸਕਦਾ ਉਹਨੂੰ ਉਸੇ ਚੀਜ਼ ਦਾ ਸੱਚ ਦਾ ਖਿਆਮਜਾ ਭੁਗਤਣਾ ਪਿਆ ਕਿ ਉਹ ਜਿੱਦਾਂ ਨਸ਼ੇ ਦੇ ਬਰਖਿਲਾਫ ਸੀ ਕਬੱਡੀ 'ਚ, ਜੇ ਕਿਸੇ ਪਲੇਅਰ ਨੂੰ ਰੋਕਿਆ ਹੋ ਜਾਂ ਕਿਸੇ ਪ੍ਰਮੋਟਰ ਦਾ ਨਾ ਕਹਿਣਾ ਮੰਨਿਆ ਹੋ, ਉਹਨਾਂ ਨੇ ਹੁਣ ਗੈਂਗਸਟਰਾਂ ਨੂੰ ਥੋੜ੍ਹੋ ਵੀ ਅੰਦਰ ਬੈਠੇ ਸਿੱਧਾ ਉਹ ਕਹਿ ਰਹੇ ਆ, ਉਹਨਾਂ ਨੂੰ ਕੋਈ ਕਹਿੰਦਾ ਹੋਵੇ ਭਾਈ ਆਹ ਕੰਮ ਕਰੋ, ਆਹ ਬੰਦਾ ਨਹੀਂ ਮੰਨਦਾ। ਤੁਹਾਡੇ ਤਾਂ ਬਹੁਤ ਨਜ਼ਦੀਕੀ ਸੀਗੇ, ਕਰੀਬੀ ਸੀ ਸੰਦੀਪ, ਤੁਸੀਂ ਕਦੀ ਬਿਠਾ ਕੇ ਉਹਨਾਂ ਨੂੰ ਦੱਸਿਆ, ਕਹਿਣ ਦੀ ਕੋਸ਼ਿਸ਼ ਕੀਤੀ ਕਿ ਸੰਦੀਪ ਯਾਰ ਸੱਚ ਬੋਲਣਾ ਔਖਾ ਹੁੰਦਾ, ਇਹਦੇ ਖਮਿਆਜ਼ੇ ਭੁਗਤਣੇ ਪੈਣੇ ਆਉਣ ਵਾਲੇ ਸਮੇਂ 'ਚ? ਉਹਨਾਂ ਕਦੀ ਸਵੱਬ ਨਹੀਂ ਬਣਿਆ ਇੱਦਾਂ ਦੀ ਗੱਲ ਕਰਨ ਦਾ, ਨਾ ਹੀ ਕਦੀ ਉਹਨੇ ਦੱਸਿਆ। ਸੱਚ ਬੋਲਣਾ ਸਭ ਤੋਂ ਔਖਾ ਮੰਨਿਆ ਜਾਂਦਾ ਹੈ। ਪੰਜਾਬ ਨੂੰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਬੇਖੌਫ ਫਿਜ਼ਾ ਦਾ ਮਾਹੌਲ ਪੈਦਾ ਹੋਵੇ, ਲੇਕਿਨ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਗੁੰਡਾਗਰਦੀ ਵੱਧਦੀ ਪਈ ਹੈ, ਜਿਸ ਤਰੀਕੇ ਦੇ ਨਾਲ ਸੰਦੀਪ ਨੰਗਲ ਅੰਬੀਆਂ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ, ਉਹ ਤੋਂ ਬਾਅਦ ਲਾਅ ਐਂਡ ਆਰਡਰ ਤੋਂ ਲੈ ਕੇ ਹਰ ਤਰ੍ਹਾਂ ਦੇ ਕਬੱਡੀ ਤੋਂ ਲੈ ਕੇ ਫੈਡਰੇਸ਼ਨਸ ਤੱਕ ਅਤੇ ਜੇਲ੍ਹਾਂ 'ਚ ਬੈਠੇ ਗੈਂਗਸਟਰਸ ਤੱਕ ਸਵਾਲ ਉੱਠਦੇ ਪਏ ਆ। ਕੇ ਐੱਸ ਮੱਖਣ ਮੇਰੇ ਨਾਲ ਨੇ, ਇਹ ਜੋ ਸਭ ਕੁਝ ਵਾਪਰਿਆ ਜਦੋਂ ਖਬਰ ਤੁਹਾਡੇ ਤੱਕ ਪਹੁੰਚੀ ਪਹਿਲੀ ਗੱਲ ਦਿਲੋਂ ਦਿਮਾਗ 'ਚ ਆਉਂਦੀ ਕੀ ਹੈ? ਬਸ ਪਹਿਲਾਂ ਤਾਂ ਜੀ ਸੁਣਦੇ ਸਾਰੇ ਸਾਰਾ ਕੁਛ ਸੋਨੇ ਹੋ ਗਿਆ, ਸਾਰੀ ਰਾਤ ਨੀਂਦ ਨਹੀਂ ਆਈ ਕਿਉਂਕਿ ਸ਼ਾਮ ਨੂੰ ਭਾਣਾ ਵਰਤਿਆ ਅਤੇ ਸੋ ਪੰਜਾਬ ਲਈ, ਮੇਰੇ ਇਕੱਲੇ ਲਈ ਨਹੀਂ, ਸਾਰੇ ਪੰਜਾਬੀਆਂ ਲਈ ਬਹੁਤ ਦੁਖਦਾਈ ਖਬਰ ਸੀ ਅਤੇ ਸਾਰਿਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਇੱਥੇ ਤਾਂ ਕੋਈ ਸ਼ਬਦ ਹੀ ਹੈ ਨਹੀਂ ਕਹਿਣ ਵਾਲੇ ਜੀ, ਐਡਾ ਵੱਡਾ ਮੱਲ ਆਪਣੇ ਹੱਥਾਂ 'ਚੋਂ ਨਿਕਲ ਗਿਆ ਜੀ। ਮੁੱਖ ਜੀ, ਇਹੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਮਾਫੀਆ ਕੰਮ ਕਰਦਾ ਪਿਆ, ਨੈਕਸਸ ਹੈ, ਭਾਵੇਂ ਬੱਸਾਂ ਦਾ ਨਾਮ ਲੈ ਕੇ ਚੱਲੀਏ ਉਹਦੇ 'ਚ ਵੀ ਇੱਕ ਮਾਫੀਆ ਕੰਮ ਕਰਦਾ ਪਿਆ। ਜਿਸ ਤਰੀਕੇ ਦੇ ਨਾਲ ਸਾਡੀ ਇਹ ਮਾਂ ਖੇਡ ਕਬੱਡੀ ਦੇ ਵਿੱਚ ਇੱਕ ਨੈਕਸਸ ਪੈਦਾ ਹੋ ਗਿਆ ਹੈ, ਜਿਹੜਾ ਜੇਲ੍ਹਾਂ 'ਚੋਂ ਵੀ ਓਪਰੇਟ ਹੁੰਦਾ, ਜਿਹੜਾ ਬਾਹਰ ਬੈਠੇ ਗੈਂਗਸਟਰਸ ਵੀ ਓਪਰੇਟ ਕਰਦੇ ਪਏ ਆ, ਇਹਦੀ ਨਕੇਲ ਕੱਸਣ ਦੇ ਲਈ ਕੋਈ ਹੈਗਾ ਕੋਈ ਜਿਹੜਾ ਅੱਗੇ ਆਏਗਾ? ਕਿਉਂਕਿ ਜਿਹੜਾ ਅੱਗੇ ਆਏਗਾ, ਤੁਸੀਂ ਲਗਾਤਾਰ ਇੱਕ ਚੀਜ਼ ਇਹ ਵੀ ਕਹਿੰਦੇ ਪਏ ਕਿ ਸੱਚ ਬੋਲਣਾ ਵੀ ਔਖਾ। ਬਿਲਕੁਲ ਬਿਲਕੁਲ ਬਿਲਕੁਲ, ਮੇਰੀ ਤਾਂ ਇਹੀ ਬੇਨਤੀ ਆ, ਪਹਿਲਾਂ ਤਾਂ ਜਿਹੜੇ ਇਹ ਵੀਰ ਆ ਆਪਣੇ, ਚਲੋ ਉਹਨਾਂ ਦੇ ਘਰ ਮੈਂ, ਉਹਨਾਂ ਦੇ ਨਾਂ ਨਾਲ ਗੈਂਗਸਟਰ ਜੁੜ ਗਿਆ, ਉਹਨਾਂ 'ਚੋਂ ਵੀ ਬਹੁਤ ਸਾਰੇ ਪਲੇਅਰ ਸੀ, ਬੜੇ ਤਕੜੇ ਤਕੜੇ ਮੁੰਡੇ ਆ, ਜਿਹੜੇ ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਯੂਜ਼ ਨਹੀਂ ਮਿਸਯੂਜ਼ ਕੀਤਾ ਗਿਆ, ਅੱਜ ਉਹਨਾਂ ਦੇ ਨਾਂ ਨਾਲ ਗੈਂਗਸਟਰ ਜੁੜ ਗਿਆ। ਸੋ ਹੋ ਸਕਦਾ ਕਿਤੇ ਉਹ ਵੀ ਨਾ ਚਾਹੁੰਦੇ ਹੋਣ, ਇਹ ਜਿਹੜੇ ਬਾਹਰ ਕਈ ਵਾਰੀ ਲੋਕ ਹੁੰਦੇ ਆ ਉਹ ਵੀ ਉਹਨਾਂ ਨੂੰ ਯੂਜ਼ ਕਰਦੇ ਆ। ਸੋ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਹੀ ਬੇਨਤੀ ਕਰ ਸਕਦਾ ਆਪਣੇ ਵੀਰਾਂ ਨੂੰ ਵੀ ਜਿਹੜੀ ਪੰਜਾਬੀ ਮਾਂ ਖੇਡ ਕਬੱਡੀ ਆ ਉਹਦੇ ਉਹ ਵੀ ਦਿਵਾਨੇ ਆ, ਉਹ ਵੀ ਦਿਵਾਨੇ ਆ, ਅਤੇ ਉਹਨਾਂ ਦਾ ਕੋਈ ਭਾਈ ਭਰਾ ਕੋਈ ਸੱਜਣ ਮਿੱਤਰ ਉਹ ਕਬੱਡੀ ਖੇਡਦਾ ਵੀ ਹੋਣਾ ਜਾਂ ਕਬੱਡੀ ਦਾ ਚਾਹਵਾਨ ਵੀ ਹੋਣਾ, ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਇਹ ਇੱਕ ਸਾਡੀ ਲਾਭ ਪਾ ਕੇ ਗਰੀਬੀ ਦਾ ਵੀ ਸਾਡੀ ਆਪਣੀ ਗੇਮ ਆ, ਇਹਦੇ ਉੱਤੇ ਤੁਸੀਂ ਕਰੋ ਜਿਹੜੀ ਗੱਲ ਕਰਨ ਵਾਲੀ, ਪਰ ਐਡੀ ਸਜ਼ਾ ਨਾ ਦਿਓ ਵੀ ਕਿਸੇ ਨੂੰ ਮੌਤ ਦੀ ਘਾਟ ਉਤਾਰ ਦਿਓ। ਵੀ ਕੋਈ ਹੋਰ ਬਹੁਤ ਸਾਰੀਆਂ ਆਪਸ਼ਨ ਨੇ ਕਿਸੇ ਨੂੰ, ਜਿੱਦਾਂ ਹੁਣ ਪਹਿਲਾਂ ਚਲੋ ਹੋਣਾ ਤਾਂ ਨਹੀਂ ਚਾਹੀਦਾ ਇਹ, ਵੀ ਕਿਸੇ ਨੂੰ ਜੇ ਕੋਈ ਮੰਨ ਲਓ ਕੋਈ ਤੈੜ ਫੇੜ ਹੈਗੀ ਬੰਦਾ ਡਰਾਵਾ ਦੇ ਦਿੰਦਾ, ਅੱਗੇ ਦਿੱਤੇ ਹੀ ਆ ਅਤੇ ਉੱਥੇ ਉਹਨਾਂ ਨੂੰ ਰਿਜ਼ਲਟ ਵੀ ਮਿਲੇ ਆ, ਪਰ ਐਡਾ ਵੱਡਾ ਭਾਣਾ ਵਰਤਾ ਦੇਣਾ, ਛੋਟੇ ਛੋਟੇ ਬੱਚੇ ਆ, ਸਾਰਾ ਪੰਜਾਬ ਸੋਗ ਦੀ ਲਹਿਰ ਮਨਾ ਰਿਹਾ ਅਤੇ ਬਹੁਤ ਮਾੜੀ ਗੱਲ ਹੈ ਉਹਨਾਂ ਲਈ। ਬਸ ਉਹਨਾਂ ਨੂੰ ਬੇਨਤੀ ਕਰਦੇ ਹਾਂ ਗੈਂਗਸਟਰ ਵੀਰਾਂ ਨੂੰ ਵੀ ਤੁਹਾਡੇ ਸਾਰੇ ਬਲੇਮ ਆ ਰਿਹਾ ਆ, ਤੁਹਾਡੀ ਆਪਣੀ ਗੈਂਗਵਾਰ ਦਾ ਇਹ
ਹੈਗਾ ਸਿਸਟਮ ਤੁਸੀਂ ਇਹ ਤਾਂ ਜੋ ਕੰਮ ਹੋਣਾ ਡਿਸੀਜਨ ਮਿਲਣਾ ਜਾਂ ਨਹੀਂ ਮਿਲਣਾ ਉਹ ਅਲੱਗ ਮੈਟਰ ਆ ਮੈਨੂੰ ਤਾਂ ਮੌਕਾ ਮਿਲਿਆ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਸੀਗੇ ਬਥੇਰਿਆਂ ਨੇ ਇਹ ਗੱਲ ਕਹੀ ਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀਗੀ ਸੰਦੀਪ ਇਹੋ ਜਿਹਾ ਬੰਦਾ ਸੀਗਾ ਜਿਹੜਾ ਹਰਮਨ ਪਿਆਰਾ ਸੀ ਇਹੋ ਜਿਹੀ ਸ਼ਖਸ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਣੀ ਇਹ ਸਮਾਜ ਦੇ ਉੱਤੇ ਇੱਕ ਵੱਡਾ ਸਵਾਲ ਵੀ ਹੈਗਾ ਦੂਜੀ ਗੱਲ ਇਹ ਵੀ ਹੈਗੀ ਹੈ ਜੇ ਦੁਸ਼ਮਣੀ ਨਹੀਂ ਸੀਗੀ ਤਾਂ ਫਿਰ ਇਹ ਕਿਸ ਤਰੀਕੇ ਦਾ ਇੱਕ ਮੈਸੇਜ ਜਿਹੜਾ ਸੀਗਾ ਜੋ ਇਹ ਹੋਇਆ ਮੈਸੇਜ ਕਿਸ ਤਰੀਕੇ ਨਾਲ ਕੀ ਕਨਵੇ ਕਰਨਾ ਚਾਹ ਰਹੇ ਸੀ ਦੇਖੋ ਉਹ ਇੱਕ ਸਾਊ ਬੰਦਾ ਸੀ ਸਟੇਟ ਫਾਰਵਰਡ ਸੀ ਹੋ ਸਕਦਾ ਉਹਨੂੰ ਉਸ ਚੀਜ਼ ਦਾ ਸੱਚ ਦਾ ਖਿਆਮਜਾ ਭੁਗਤਣਾ ਪਿਆ ਵੀ ਉਹ ਜਿੱਦਾਂ ਨਸ਼ੇ ਦੇ ਬਰਖਿਲਾਫ ਸੀ ਕਬੱਡੀ 'ਚ ਜੇ ਕਿਸੇ ਪਲੇਅਰ ਨੂੰ ਰੋਕਿਆ ਹੋਊ ਜਾਂ ਕਿਸੇ ਪ੍ਰਮੋਟਰ ਦਾ ਨਾ ਕਹਿਣਾ ਮੰਨਿਆ ਹੋਊ ਉਹਨਾਂ ਨੇ ਹੁਣ ਗੈਂਗਸਟਰਾਂ ਨੇ ਥੋੜ੍ਹੋ ਵੀ ਅੰਦਰ ਬੈਠੇ ਸਿੱਧਾ ਉਹ ਕਹਿ ਰਹੇ ਆ ਉਹਨਾਂ ਨੂੰ ਕੋਈ ਕਹਿੰਦਾ ਹੋਵੇ ਭਾਈ ਆਹ ਕੰਮ ਕਰੋ ਆਹ ਬੰਦਾ ਨਹੀਂ ਮੰਨਦਾ ਜਿਵੇਂ ਤੁਸੀਂ ਇੱਕ ਚੀਜ਼ ਕਹੀ ਕਿ ਸੱਚ ਬੋਲਣਾ ਔਖਾ ਹੁੰਦਾ ਤੁਹਾਡੇ ਤੋਂ ਬਹੁਤ ਨਜ਼ਦੀਕੀ ਸੀਗੇ ਕਰੀਬੀ ਸੀ ਸੰਦੀਪ ਤੁਸੀਂ ਕਦੀ ਬਿਠਾ ਕੇ ਉਹਨਾਂ ਨੂੰ ਦੱਸਿਆ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸੰਦੀਪ ਯਾਰ ਸੱਚ ਬੋਲਣਾ ਔਖਾ ਹੁੰਦਾ ਇਹਦੇ ਖਮਿਆਜ਼ੇ ਭੁਗਤਣੇ ਪੈਣੇ ਆਉਣ ਵਾਲੇ ਸਮੇਂ 'ਚ ਨਹੀਂ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਅਸੀਂ ਆਪਾਂ ਤਾਂ ਇਹ ਸੋਚਦੇ ਵੀ ਯਾਰ ਉਹ ਬੰਦਾ ਸਹੀ ਆ ਸਹੀ ਕਰ ਰਿਹਾ ਅਤੇ ਉਹ ਮੂਹਰੇ ਆ ਗਿਆ ਆ ਉਹ ਪ੍ਰੈਜ਼ੀਡੈਂਟ ਸੀਗਾ ਫੈਡਰੇਸ਼ਨ ਦਾ ਅਤੇ ਉਹ ਸਾਰਿਆਂ ਨੂੰ ਆਪਣੇ ਜਿੱਦਾਂ ਕਹਿੰਦੇ ਹੁੰਦੇ ਵੀ ਪ੍ਰਧਾਨ ਸੀ ਤਾਂ ਪਰਾਂ ਦੇ ਥੱਲੇ ਰੱਖਣ ਵਾਲਾ ਬੰਦਾ ਸੀ ਅਤੇ ਪਤਾ ਨਹੀਂ ਇਹ ਚੀਜ਼ ਕਿੱਥੋਂ ਨਿਕਲ ਆਈ ਆ ਐਡੀ ਵੱਡੀ ਸਜ਼ਾ ਸਮਝ ਤੋਂ ਬਾਹਰ ਗੱਲ ਕਰਨ ਨੂੰ ਚਲੋ ਤੁਸੀਂ ਆਏ ਆ ਐਡੀ ਦੂਰੋਂ ਸਾਡਾ ਵੀ ਫਰਜ਼ ਆ ਸਾਡੇ ਏਰੀਏ ਦਾ ਸਾਡਾ ਭਰਾ ਸੀਗਾ ਅਤੇ ਅਸੀਂ ਚਾਰ ਗੱਲਾਂ ਸਾਡਾ ਵੀ ਮਨ ਹੌਲਾ ਹੋ ਗਿਆ ਤੁਸੀਂ ਪੁੱਛ ਲਿਆ ਪਰ ਉਹਨਾਂ ਕਦੀ ਸਵੱਬ ਨਹੀਂ ਬਣਿਆ ਇੱਦਾਂ ਦੀ ਗੱਲ ਕਰਨ ਦਾ ਨਾ ਹੀ ਕਦੀ ਉਹਨੇ ਦੱਸਿਆ ਮੇਰਾ ਆਖਰੀ ਸਵਾਲ ਹੈ ਨਵੀਂ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਅੱਜ ਸਹੁੰ ਚੁੱਕੀ ਹੈ ਜੀ ਵਜ਼ਾਰਤਾਂ ਹਾਲੇ ਲੋਕ ਮਿਨਿਸਟਰਸ ਜਿਹੜੇ ਹੈਗੇ ਨੇ ਚੁਣੇ ਜਾਣੇ ਆ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪਿਆਰ ਨਾਲ ਕਹਿਣਾ ਚਾਹੋਗੇ ਕੜੇ ਸ਼ਬਦਾਂ 'ਚ ਕਹਿਣਾ ਚਾਹੋਗੇ ਕਿਸ ਤਰ੍ਹਾਂ ਕਹਿਣਾ ਚਾਹੋਗੇ ਸਰਕਾਰ ਦੇ ਕੋਲੋਂ ਵੀ ਲੋਕਾਂ ਨੂੰ ਬਹੁਤ ਉਮੀਦ ਹੈ ਹਾਂਜੀ ਬਿਲਕੁਲ ਕਿਉਂਕਿ ਸਰਕਾਰ ਨੇ ਅੱਜ ਸਹੁੰ ਚੁੱਕੀ ਆ ਉਹਨਾਂ ਨੂੰ ਵੀ ਵਕਤ ਚਾਹੀਦਾ ਥੋੜ੍ਹਾ ਸਮਾਂ ਚਾਹੀਦਾ ਜਿਹੜੇ ਅਦਰ ਪਾਰਟੀਜ਼ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਉਹਨੂੰ 2-4 ਮਹੀਨੇ ਦੇਖੋ 6 ਮਹੀਨੇ ਦੇਖੋ ਬਾਕੀ ਮੈਂ ਸਰਕਾਰ ਨੂੰ ਮੈਂ ਵੀ ਟਰਾਈ ਕਰੂੰਗਾ ਗੁਰਲਾਲ ਘਨੌਰ ਬਲਕਾਰ ਸਿੱਧੂ ਮੇਰੇ ਹਲਕੇ ਤੋਂ ਮੈਡਮ ਮਾਨਿੰਦਰ ਜੀ ਮਾਨ ਇੱਥੋਂ ਜਿੱਤੇ ਆ ਨਕੋਦਰ ਤੋਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਗੱਲ ਕਰਾਂਗੇ ਕਿਉਂਕਿ ਹੁਣ ਕਰਨੀ ਪੈਣੀ ਆ ਵੀ ਇਹਨਾਂ ਨੂੰ ਕਾਉਂਸਲਿੰਗ ਕਰੋ ਜਿਹੜੇ ਨੌਜਵਾਨ ਆ ਜਿਹੜੀਆਂ ਕਬੱਡੀ ਆ ਉਹਦੇ ਲਈ ਤੁਸੀਂ ਇਹ ਖੇਡ ਕਬੱਡੀ ਜਿਹੜੀ ਪੰਜਾਬ ਦੀ ਆ ਇਹਦੇ ਲਈ ਵੱਡੇ ਉਪਰਾਲੇ ਕਰੋ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਇਹਦੇ ਵਿੱਚ ਨਾ ਆਉਣ ਅਤੇ ਦੂਜੀ ਗੱਲ ਇਹ ਆ ਵੀ ਜਿਹੜੇ ਕੋਈ ਨੌਜਵਾਨ ਕੁਰਾਹੇ ਪਏ ਆ ਉਹਨਾਂ ਨੂੰ ਮੌਕਾ ਦਿਓ ਉਹਨਾਂ ਨੂੰ ਐਕਸੈਸ ਦਿਓ ਉਹ ਉਹਨਾਂ ਨੂੰ ਇਹ ਦੇਖੋ ਜਦੋਂ ਬੰਦਾ ਫੜ ਲੈਂਦੇ ਕੇਸ ਪੈ ਜਾਂਦਾ ਸਰਕਾਰ ਕੋਈ ਇੱਦਾਂ ਦੀ ਪਾਲਿਸੀ ਬਣਾਵੇ ਉਹਨਾਂ ਨੂੰ ਇੱਕ ਜਿੱਦਾਂ ਕਿ ਉਹਨੇ ਕ੍ਰਾਈਮ ਕੀਤਾ ਉਹਦੇ ਹਿਸਾਬ ਨਾਲ ਉਹਨੂੰ ਐਕਸੈਸ ਦੇਵੇ ਉਹਨੂੰ ਰਾਹਤ ਦੇਵੇ ਵੀ ਭਾਈ ਤੂੰ ਮੁੜ ਕੇ ਨਾ ਕਰ ਹੋ ਸਕਦਾ ਉਹ ਨੌਜਵਾਨ ਸਿੱਧੇ ਰਾਹੇ ਪੈ ਜਾਣ ਜਿਹੜੇ ਅੰਦਰ ਬੈਠੇ ਉਹਨਾਂ ਨੂੰ ਕੋਈ ਹੋਰ ਕਾਉਂਸਲਿੰਗ ਕਰ ਇਹ ਬਹੁਤ ਜ਼ਰੂਰੀ ਹੈ ਇਹ ਨਹੀਂ ਵੀ ਅਸੀਂ ਚੇਅਰ 'ਤੇ ਬਹਿ ਗਏ ਸਰਕਾਰ ਬਣ ਗਈ ਅਸੀਂ ਕਹਿ ਤਾ ਕਾਨੂੰਨ ਉਹਨਾਂ ਨਾਲ ਡਿਕਟੇਟਰਸ਼ਿਪ ਦੀ ਬਜਾਏ ਪਹਿਲਾਂ ਪਿਆਰ ਨਾਲ ਸ਼ਾਇਦ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਉਹਦਾ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਆਊਗਾ ਹਾਂ ਸਖਤੀ ਕਰ ਲਵੇ ਜੇ ਨਹੀਂ ਸੂਤ ਆਉਂਦਾ ਫਿਰ ਸਖਤੀ ਹੈਗੀ ਫਿਰ ਉਹ ਆਪਣਾ ਪਰ ਇੱਦਾਂ ਨਹੀਂ ਹੁੰਦਾ ਉਹ ਬੈਠੇ ਉੱਥੋਂ ਆਰਡਰ ਕਰ ਦੇਣ ਉਹ ਅਫਸਰਾਂ ਨੂੰ ਹੈਵ ਟੂ ਪਹਿਲਾਂ ਕਰਨ ਵੀ ਤੁਸੀਂ ਭਾਈ ਇਹਨਾਂ ਨੌਜਵਾਨਾਂ ਨੂੰ ਪਿੰਡੋ ਪਿੰਡ ਸੰਸਥਾਵਾਂ ਬਣੀਆਂ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੀਆਂ ਸੰਸਥਾਵਾਂ ਬਣੀਆਂ ਜੇ ਕੋਈ ਲੱਗਦਾ ਪਿੰਡ ਦਾ ਨੌਜਵਾਨ ਮਾੜਾ ਮੋਟਾ ਕੁਰਾਹੇ ਪੈਣ ਲੱਗਾ ਉਹਦੇ ਦੁਆਲੇ ਹੋ ਕੇ ਉਹਨੂੰ ਪਿਆਰ ਦੇ ਨਾਲ ਮੋੜ ਕੇ ਲਿਆਓ ਬਹੁਤ ਕੁਛ ਆ ਕਰਨ ਵਾਲਾ ਜਦਕਿ ਅਸੀਂ ਆਪਣੀ ਹੈਂਕੜਬਾਜ਼ੀ ਚੀਜ਼ ਕੁਛ ਪਏ ਵੀ ਮੈਂ ਉਹਨੂੰ ਕਾਹਦੇ ਲਈ ਕਹਿਣਾ ਮੈਂ ਕੱਲ੍ਹ ਹੀ ਸਮਝਾਉਣਾ ਕਈ ਵਾਰੀ ਤਾਂ ਇੱਦਾਂ ਲੱਗਦਾ ਵੀ ਲੋਕ ਦੂਜੇ ਦੇ ਨਿਆਣਿਆਂ ਨੂੰ ਖਰਾਬ ਕਰ ਸਕਦੇ ਸਮਝਾ ਨਹੀਂ ਸਕਦੇ ਬਹੁਤ ਸਾਰਾ ਮੱਖਣ ਜੀ ਤੁਸੀਂ ਵੀ ਕਬੱਡੀ ਦਾ ਹਿੱਸਾ ਰਹੇ ਹੋ ਕਦੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਤੁਹਾਨੂੰ ਤਜਰਬਾ ਆਇਆ ਇਸ ਗੱਲ ਦਾ ਕਿ ਤੁਹਾਨੂੰ ਕਿਸੇ ਨੇ ਫੋਨ ਕਰਕੇ ਧਮਕਾਇਆ ਹੋਵੇ ਜਾਂ ਇਹ ਗੈਂਗਸਟਰ ਕਲਚਰ ਦੇ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਤੁਸੀਂ ਵੀ ਸ਼ਿਕਾਰ ਰਹੇ ਹੋ ਨਹੀਂ ਨਹੀਂ ਇਹ ਤਾਂ ਤਾਜ਼ੀਆਂ ਹੋਣ ਦੀਆਂ ਹੀ ਗੱਲਾਂ ਜੀ ਪਹਿਲਾਂ ਕੋਈ ਇੱਦਾਂ ਦਾ ਗੱਲ ਨਹੀਂ ਸੀ ਜੇ ਕੋਈ ਗਰਾਊਂਡ 'ਚ ਤੂੰ ਤੜਕ ਹੋਈ ਬਾਹਰ ਆ ਕੇ ਸਾਰੇ ਇਕੱਠੇ ਮਿਲ ਜਾਏ ਹੁਣ ਦੇਖੋ ਸੰਦੀਪ ਸਾਡੇ ਮੋਰਲੀ ਟੀਮ 'ਚ ਖੇਡਦਾ ਸੀ ਬੈਨਕੋਵਰ ਵੱਲੋਂ ਬੜੇ 4-5 ਸਾਲ ਵੇ ਲੱਖਾ ਸਿੱਧਵਾਂ ਵਾਲਾ ਗਵਾਹ ਇਸ ਗੱਲ ਦਾ ਵੀ ਉੱਥੇ ਸਾਡੇ ਮੂਹਰੇ ਖੇਡਦਾ ਸੀ ਅਤੇ ਉੱਥੇ ਅਪੀਲ ਕਰਨੀ ਬਣਦੀ ਆ ਪਲੇਅਰ ਦੀ ਉਹਦਾ ਫਰਜ਼ ਵੀ ਬਣਦਾ ਪਰ ਉਹ ਬਾਹਰ ਆ ਕੇ ਸਾਰੇ ਇਕੱਠੇ ਸੀ ਇਕੱਠੇ ਫਿਰ ਕਦੇ ਪਤਾ ਨਹੀਂ ਕਿਹੜੇ ਟਾਈਮ ਤੁਸੀਂ ਉਹਨੂੰ ਪਲੇਅਰ ਨੂੰ ਖਿਡਾਉਣਾ ਦੂਜੇ ਨੂੰ ਹੁਣ ਵੀ ਇੱਦਾਂ ਆ ਇਹ ਪਤਾ ਨਹੀਂ ਐਡਾ ਭਾਣਾ ਵਰਤ ਕਿੱਦਾਂ ਗਿਆ
इन्नी क्या तू तू मैं हूँ प्लेयर ब्लड सर्कल बढ़िया आता किसी ना वैसे भी धक्का मुक्की हो जाते हैं बहर आके 100 बारी देखा हैंडशेक करके मिलते पर एडा तो ये संदीप नूं भी नहीं पता होना हो सकता है यदा कितने होया हो उस बंदे नूं पता ही नहीं होना भी यार मेरे ना इदा हो जाऊगी आखिरी गल मुद्दा ठंडा तो नहीं पैन दोगे क्योंकि बहुत वड्डा मुद्दा है तो पंजाब की नौजवानी का भी सवाल है नहीं सारा पंजाब तुसी देखो किन्ना हजूम इतने इकट्ठा होया पब्लिक यहोजे मोर्चे बहुत थावां ते लगते हैं भावें बेअदबी का भी मसला हो हर थां दे मोर्चे लगते लेकिन उस तों बाद असीं देखते इंसाफ नहीं हुंदा हाँ जी इंसाफ तो देखो सारे इंसाफ की मंग कर रहे हैं तो इंसाफ होना भी चाहिए बहुत बहुत शुक्रिया इसके केएस मक्खन इन्हां दा कहना है कि हाँ जिन्हें भी लोग इतने मौजूद ने इंसाफ के लिए खड़े हुए हैं तो इंसाफ होना भी चाहिए कैमरे के साथ दे रहे सी रमनीत मैं लंकेश शेखर जाना स्पोक्समैन।